एक ही मामला, गरीब बंदा भी ना करे, लोग लुट के खा गए, मुल्क का बेड़ा गर्क कर गए, तबाह कर गए, ठीक है, मैं भी ना करा अपनी हसरत भी ना पूरी करा। वाह भाई वाह, ਤੁਸੀਂ ਉਹਦੇ ਨਾਲ ਪਿਆਰ ਕਰਨ ਵਾਸਤੇ ਟਾਈਮ ਕੱਢਿਆ ਨਾ, ਥੋੜਾ ਜਿਹਾ ਟਾਈਮ ਕੱਢੋ ਤੇ ਮਰ ਜਾਓ। ਮੇਰੇ ਖੁਆਇਸ਼ ਹੈ ਸ਼ਾਦੀ ਹੋ ਜਾਏ, ਮੇਰੇ ਬੱਚੇ ਹੋਣ, ਮੈਨੂੰ ਵੀ ਅੱਬੂ ਅੱਬੂ ਕਹਿਣ, ਮੇਰਾ ਵੀ ਦਿਲ ਕਰਦਾ ਹੈਗਾ ਜੀ, ਮੈਂ ਕੀ ਕਰਾਂ। ਮੈਂ ਤੁਹਾਨੂੰ ਪਰੇਸ਼ਾਨ ਹਾਂ, ਜੇਕਰ ਅੱਲਾ ਕਰੇ ਤੁਹਾਡੀ ਸ਼ਾਦੀ ਅਵਲ, ਤੇ ਅੱਲਾ ਨਾ ਕਰੇ ਕਿ ਤੁਹਾਡੀ ਸ਼ਾਦੀ ਹੋ ਜਾਏ। ਅੱਛਾ ਖਾਨ ਭਾਈ ਸੁਣਾਓ, ਖਰੀਏ ਤੇ ਠੀਕ ਠਾਕ ਭਾਜੀ, ਕੀ ਹੋ ਰਿਹਾ ਅੱਜ ਕੱਲ? ਬਸ ਬੈਠੇ ਹਾਂ ਵਿਹਲੇ, ਫਾਰਸ ਦੱਸੋ ਵਿਹਲੇ ਬੈਠੇ। ਸ਼ਾਦੀ ਵਗੈਰਾ ਕੀਤੀ ਜੇ? ਨਹੀਂ, ਸ਼ਾਦੀ ਭਾਜਨ ਕੋਈ ਆਈ, ਸ਼ਾਦੀ ਦੀ ਵਜ੍ਹਾ ਤੋਂ ਬਈ ਟੈਨਸ਼ਨ ਲੈ ਕੇ ਬੈਠਾ ਆ। ਠੀਕ ਹੈ ਜੀ, ਦਿਨ ਰਾਤ ਸ਼ਾਦੀ ਤੋਂ ਹੋ ਜਾਣਾ, ਸ਼ਾਦੀ ਨਹੀਂ ਹੁੰਦੀ ਬਈ, ਦੋ ਕੀ ਚੀਜ਼ ਹੈ, ਜਿਹਦੇ ਨਾਲ ਮੁਹੱਬਤ ਕੀਤੀ ਉਹਨੇ ਮੈਨੂੰ ਭਰਾ ਕਹਿ ਦਿੱਤਾ, ਜਿਹਦੇ ਨਾਲ ਪਿਆਰ ਕੀਤਾ ਜੀ। ਨਹੀਂ ਖਾਨ ਭਾਈ, ਮੈਂ ਤਾਂ ਤੁਹਾਨੂੰ, ਮੈਂ ਕੀ ਕਰਾਂ, ਮੈਂ ਤਾਂ ਦੁਖੀ ਹਾਂ ਨਾ, ਮੇਰੇ ਬਗੈਰ ਰੋਟੀ ਨਹੀਂ ਖਾਂਦੀ ਸੀ, ਮੇਰੇ ਬਗੈਰ ਪਾਣੀ ਨਹੀਂ ਪੀਂਦੀ ਸੀ, ਮੇਰੇ ਬਗੈਰ ਰਹਿੰਦੀ ਸੀ, ਮੇਰੇ ਬਗੈਰ ਸੌਂਦੀ ਨਹੀਂ ਸੀ, ਅਖੀਰ ਤੇ ਮੈਨੂੰ ਭਾਈ ਕਹਿ ਦਿੱਤਾ। ਸਭ ਤੋਂ ਵੱਡਾ ਦੁੱਖ ਮੈਨੂੰ ਹੈਗਾ ਜੀ ਖਾਨ ਭਾਈ, ਐਂ ਨਹੀਂ ਕਹਿੰਦੇ ਤੂੰ ਮੇਰਾ ਭਰਾ ਹੈਗਾ, ਮੈਂ ਤਾਂ ਭਰਾ। ਸਾਨੂੰ ਬੜੀ ਤਕਲੀਫ ਹੋਈ ਤੁਹਾਡੀ ਗੱਲ ਤੋਂ, ਸ਼ਾਦੀ ਕੀਤੀ ਨਹੀਂ ਬਿਲਕੁਲ, ਸ਼ਾਦੀ ਹੁਣ ਕਿੰਨਾ, ਸ਼ਾਦੀ ਨੂੰ ਨਫ਼ਰਤ ਹੋ ਗਈ ਹੁਣ, ਹੁਣ ਸੋਚਿਆ ਹੀ ਕਦੇ ਨਹੀਂ ਵੇਖਦਾ ਕੋਈ ਸ਼ਾਦੀ ਕਰ ਰਹੀ ਹੈ ਕੋਈ ਬੱਚੀ, ਫਿਰ ਕਹਿ ਮੈਂ ਭਰਾ ਨਾ ਕਹਿ ਦੇ, ਮੈਂ ਇਸ ਗੱਲੋਂ ਫਿਰ ਡਰ ਜਾਂਦਾ। ਮਤਲਬ ਅਗਰ ਤੁਹਾਡੀ ਸ਼ਾਦੀ ਹੋਈ ਹੁੰਦੀ, ਤੁਹਾਡੀ ਜਨਾਨੀ ਤੁਹਾਨੂੰ ਭਰਾ ਕਹਿ ਦਿੰਦੀ, ਫਿਰ ਤੁਹਾਡੀ ਇਹਦੇ ਬਾਰੇ ਕੀ? ਉਹ ਤੁਸੀਂ ਭਾਈ ਗਲਤ ਸਮਝ ਰਹੇ ਹੋ, ਉਹ ਗੱਲ ਨਹੀਂ ਹੈਗੀ, ਸ਼ਾਦੀ ਫਰਜ਼ ਹੈਗੀ ਹੈ, ਦਿਲ ਕਰਦਾ ਸ਼ਾਦੀ ਦਾ, ਮਗਰ ਤੁਹਾਡੀ ਉਹ ਤੁਹਾਡੀ ਗੱਲ ਠੀਕ ਹੈ, ਅਗਰ ਤੁਹਾਡੇ ਬੱਚੇ ਤੁਹਾਨੂੰ ਗਲਤੀ ਨਾਲ ਮਾਮਾ ਕਹਿ ਦੇਣ। ਨਹੀਂ ਨਹੀਂ, ਇਹ ਭਾਜਾ ਨਹੀਂ ਹੈ, ਇਤਨਾ ਨਹੀਂ, ਇਤਨਾ ਜ਼ੁਲਮ ਨਹੀਂ। ਦੇਖੋ ਨਾ, ਇਹ ਔਰਤ ਤੁਹਾਡੀ ਦੋਸਤ ਹੈ ਜਿਹਦੇ ਨਾਲ ਤੁਹਾਡਾ ਦਿਲ ਹੈ ਸ਼ਾਦੀ ਕਰਨ, ਤੇ ਉਹ ਮਤਲਬ ਜਿਹਦੇ ਨਾਲ ਤੁਸੀਂ ਐਡੀ ਮੁਹੱਬਤ ਕਰਦੇ ਹੋ, ਸਾਰਾ ਕੁਝ ਕਰ ਕਰਾ ਕੇ ਖੇਰ ਤੇ ਤੁਹਾਨੂੰ ਭਾਈ ਕਹਿ ਦਿੱਤਾ, ਤੇ ਤੁਸੀਂ ਮਰ ਨਹੀਂ ਗਏ ਗੱਲ ਸੁਣ ਕੇ? ਮਰੇ ਤੇ ਹੈ ਬਾਬਾ ਜੀ, ਕੀ ਕਰੀਓ, ਜੀਣਾ ਤੇ ਪੈਣਾ ਨਾ। ਨਹੀਂ ਪਤਾ ਕੀ, ਜਿਸ ਤਰ੍ਹਾਂ ਤੁਸੀਂ ਉਹਦੇ ਨਾਲ ਪਿਆਰ ਕਰਨ ਵਾਸਤੇ ਟਾਈਮ ਕੱਢਿਆ ਨਾ, ਥੋੜਾ ਜਿਹਾ ਟਾਈਮ ਕੱਢੋ ਤੇ ਮਰ ਜਾਓ। ਨਹੀਂ, ਮਾਰ ਕੇ ਫਿਰ ਕਹਾਣੀ ਮੁੱਕ ਜਾਂਦੀ ਭਾਜਨ, ਅੱਗੇ ਚੱਲਣਾ ਹਿੰਮਤ ਨਹੀਂ ਆ ਰਹੀ, ਅੱਗੇ ਫਿਰ ਚੱਲੋ, ਚੱਲੋ ਹੁਣ ਅੱਗੇ ਚੱਲੋ ਬਾਈ, ਅੱਗੇ ਹੁਣ ਦੁਨੀਆ ਮਰ ਨਹੀਂ ਜਾਂਦੀ, ਅੱਗੇ ਟੁਰਨਾ ਪੈਂਦਾ। ਹੁਣ ਅਗਲਾ ਕੀ ਪ੍ਰੋਗਰਾਮ ਹੈ, ਰਕਸ਼ਾ ਚਲਾਉਣ ਦਾ ਪ੍ਰੋਗਰਾਮ ਹੈ ਜਾਂ ਆਪ ਕੁਛ ਹੋਰ ਚੀਜ਼ ਚਲਾਉਣ ਦਾ ਪ੍ਰੋਗਰਾਮ ਹੈ? ਭਾਈ ਮੇਰੇ ਖੁਆਇਸ਼ ਹੈ ਸ਼ਾਦੀ ਹੋ ਜਾਏ, ਮੇਰੇ ਬੱਚੇ ਹੋਣ, ਮੈਨੂੰ ਵੀ ਅੱਬੂ ਅੱਬੂ ਕਹਿਣ, ਮੇਰਾ ਵੀ ਦਿਲ ਕਰਦਾ ਹੈਗਾ ਜੀ, ਮੈਂ ਕੀ ਕਰਾਂ। ਨਹੀਂ ਕੋਈ ਹਿਸਾਬ ਕਿਤਾਬ ਬਣ ਰਿਹਾ, ਕੋਸ਼ਿਸ਼ ਕਰ ਰਹੇ ਅੱਲਾ ਕਰੇ ਹੋ ਜਾਏ ਸ਼ਾਦੀ। ਮੈਂ ਤਾਂ ਕਹਿੰਦਾ ਤੁਸੀਂ ਇਕੱਠੇ ਵਾਲੀ ਪਹਾੜੀ 'ਤੇ ਜਾ ਕੇ ਨਾ ਉੱਥੇ ਆਵਾਜ਼ਾਂ ਮਾਰੋ। ਨਹੀਂ ਉਹ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ, ਇਕੱਠੇ ਵਾਲੀ ਪਹਾੜ ਜਾਵਾਂਗੇ, ਫਿਰ ਲੈ ਲਾ ਇੱਥੋਂ ਸ਼ੁਰੂ ਹੁੰਦੇ ਹਾਂ, ਅੱਲੋ ਉਮੀਦ ਇੱਥੇ ਸ਼ੁਰੂ ਹੋ ਜਾਏਗੀ। ਤੁਸੀਂ ਕੋਸ਼ਿਸ਼ ਇਹ ਕਰੋ ਇਕੱਠੇ ਵਾਲੀ ਪਹਾੜੀ 'ਤੇ ਚੜੋ, ਉੱਥੋਂ ਛਾਲ ਮਾਰੋ, ਅੱਲਾ ਕਰੇਗਾ ਤੁਸੀਂ ਇਹ ਫਿਲਮਾਂ ਦੇ ਸੀਨ ਵੇਖੇ ਨਾ, ਅਕਸਰ ਬੰਦਾ ਪਹਾੜੀਆਂ ਤੋਂ ਛਾਲ ਮਾਰਦਾ, ਥੱਲੇ ਚਸ਼ਮੇ ਡਿੱਗਦਾ, ਅਗਲੇ ਜਾ ਕੇ ਅਗਲੀ ਜਗ੍ਹਾ ਤੇ ਜਾ ਕੇ ਨਾ, ਮਤਲਬ ਇੱਕ ਬੰਦੇ ਦੀ ਉਹ ਫਿਲਮਾਂ ਨੇ ਬਾਬਾ ਜੀ, ਹਕੀਕਤ ਨਹੀਂ, ਤੁਹਾਡੀ ਵੀ ਹਕੀਕਤ ਜੀ, ਉਹ ਬਾਬਾ ਜੀ ਉਹ ਫਿਲਮਾਂ ਨੇ, ਤੂੰ ਹਕੀਕਤ ਨਾ ਬਣਾ, ਹਕੀਕਤ ਕੋਈ ਹੋਰ, ਇਕੱਠੇ ਪਾਰੀ ਕਰਾਂਗਾ, ਦਰਿਆਜ ਕਰਾਂਗਾ, ਅੱਗੋਂ ਕੁੜੀ ਬਾਹਰ ਨਿਕਲ ਆਏਗੀ, ਉਹ ਗੱਲ ਕੌਣ ਹੀ ਗੀ, ਉਹ ਮੇਰੇ ਨਸੀਬਾਂ 'ਚ ਨਹੀਂ ਨਿਕਲਣੀ। ਚੱਲ ਚਲੋ, ਕੁੜੀ ਨਿਕਲਣ ਨਿਕਲੇ ਵਿੱਚੋਂ ਕੋਈ ਮਗਰਮੱਛੀ ਨਿਕਲ ਆਉਂਦਾ ਤੁਹਾਨੂੰ? ਮਗਰਮੱਛ ਐਡੇ ਵੱਡੇ ਪਸ ਮੰਦਰ 'ਚ ਨਹੀਂ ਹੁੰਦਾ, ਕੋਈ ਸੋਚੋ ਤੁਸੀਂ, ਖੁਦਾ ਦਾ ਖੌਫ ਕਰੋ, ਉਹਦੀ ਮਗਰਮੱਛ ਨਹੀਂ ਹੁੰਦੇ, ਸੱਪ ਹੁੰਦੇ ਨੇ ਨਿੱਕੇ ਨਿੱਕੇ, ਉਹ ਵੀ ਜਾਂ ਮੱਛੀ ਹੁੰਦੀ ਹੈ। ਵੈਸੇ ਖਾਨ ਭਾਈ ਤੁਸੀਂ ਕਰਦੇ ਕੀ ਹੋ? ਭਾਜਨ ਕੰਮ ਕਰਨਾ ਛੋਟਾ ਮੋਟਾ ਕਰੀਦਾ, ਦੁਕਾਨ ਕਿਹੜੀ ਸ਼ਹਿਰ ਦਾ ਜੀ? ਸੇਲਮੈਨ ਹੀ ਕਰੀਦੀ ਜੀ। ਸੇਲਮੈਨ ਹੀ ਕਰੀਦੀ। ਕਿਹੜੀ ਸ਼ਹਿਰ ਦੀ? ਜਿਹੜੀ ਵੀ ਸ਼ਹਿਰ ਲੱਭ ਜੇ, ਸੇਲਮੈਨ ਹੀ ਹੋ ਜੀ, ਜੋ ਵੀ ਛੋਟਾ ਮੋਟਾ ਕੰਮ ਕਰ ਰਿਹਾ, ਲੋਕਾਂ ਦਾ ਕੰਮ ਕਰੀਦਾ ਕਿਤੇ ਕੋਲ। ਅੱਛਾ ਖਾਨ ਸਾਹਿਬ, ਤੁਸੀਂ ਕੋਈ ਨਹੀਂ ਅੱਜ ਤੱਕ ਕਿਸੇ ਨੂੰ ਕੋਈ ਸ਼ਹਿਰ ਦਿੱਤੀ, ਮਤਲਬ ਕੋਈ ਕਿਸੇ ਕੋਲ ਕੋਈ ਸ਼ਹਿਰ ਲਈ ਹੋਵੇ ਜਾਂ ਗਲਤੀ? ਬਾਬਾ ਜੀ ਲਿੱਤੀ ਕੋਈ ਸ਼ਹਿਰ ਜੀ? ਲਿੱਤੀ ਜੇ ਲਿੱਤੀ ਕੋਈ ਸ਼ਹਿਰ ਨਹੀਂ ਗੀ, ਹਾਂ ਪੈਸੇ ਦਿੱਤੇ, ਦੌਲਤ ਦਿੱਤੇ, ਅਰਸ਼ ਦਿੱਤੇ, ਟਾਈਮ ਦਿੱਤਾ, ਲਿੱਤੀ ਕੋਈ ਸ਼ਹਿਰ ਨਹੀਂ ਅੱਜ ਤੱਕ, ਮਤਲਬ ਨਸੀਬ ਵਿੱਚ ਹੋਈ ਹੈ। ਮਤਲਬ ਯਾਰ ਮੈਨੂੰ ਬੜਾ ਅਫਸੋਸ ਹੈ ਯਾਰ ਤੇਰੀ ਦੁਖੀ ਕਹਾਣੀ ਸੁਣ ਕੇ, ਜਿਹੜੀ ਔਰਤ ਨੂੰ ਤੂੰ ਪਿਆਰ ਕਰਦਾ ਸੀ ਉਹਨੇ ਤੈਨੂੰ ਭਾਈ ਕਹਿ ਦਿੱਤਾ। ਮੈਂ ਤੈਨੂੰ ਪਰੇਸ਼ਾਨ ਹਾਂ, ਜੇਕਰ ਅੱਲਾ ਕਰੇ ਤੁਹਾਡੀ ਸ਼ਾਦੀ ਅਵਲ, ਤੇ ਅੱਲਾ ਨਾ ਕਰੇ ਕਿ ਤੁਹਾਡੀ ਸ਼ਾਦੀ ਹੋ ਜਾਏ। ਅਗਰ ਤੁਹਾਡੀ ਸ਼ਾਦੀ ਹੋ ਗਈ, ਵਿੱਚੋਂ ਕੋਈ ਬੱਚਾ ਜੰਮ ਪਿਆ, ਕਿਆ ਤੁਹਾਨੂੰ 100% ਯਕੀਨ ਹੈ ਕਿ ਬੱਚੇ ਆਪਣੇ ਮਤਲਬ ਪੈਦਾ ਹੋਣਗੇ? ਉਹ ਇਨਸ਼ਾਅੱਲਾ ਕੋਈ ਮਸਲਾ ਨਹੀਂ, ਕਿਸੇ ਦੇ ਵੀ ਹੋਣ, ਕੋਈ ਟੈਨਸ਼ਨ ਨਹੀਂ, ਮਗਰ ਮੇਰਾ ਵਿਆਹ ਹੋ ਜਾਏ, ਅੱਲਾ ਗੈਰ ਕਰੇ। ਮਤਲਬ ਜ਼ਿੰਦਾ ਦਿਲ ਆਦਮੀ ਹੋ, ਖਾਲਾ ਜੀ ਆ ਰਹਾ? ਹਾਂਜੀ, ਜ਼ਿੰਦਾ ਦਿਲ ਨਾਲ, ਭਾਵੇਂ ਤੁਹਾਨੂੰ ਮਾਮੂ ਬਣਾ ਦਾਂਗਾ ਇਨਸ਼ਾਅੱਲਾ, ਉਹ ਗੱਲ ਟੈਨਸ਼ਨ ਨਾ ਲੈ। ਆਪਣਾ ਕਿਹੜਾ ਇਲਾਕਾ ਜੀ ਤੁਹਾਡਾ? ਪਿੱਛੋਂ ਪਠਾਨ ਹੋ? ਪਠਾਨ ਹੋ, ਪੰਜਾਬੀ ਹੋ? ਨਹੀਂ, ਅਸੀਂ ਮੁਸਲੀ ਆਜ਼ਾਦ ਦੇ। ਮੁਸਲਿਮ ਸ਼ੇਖ ਹੋ ਭਾਈ? ਠੀਕ 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 ਠੀਕ। ਹੋਰ ਕੋਈ ਸਾਡੇ ਲੈ? ਤੁਹਾਡੇ ਲੈ ਕੋਈ ਚਾਹ ਲਿਆਓ, ਇੱਕ ਕੱਪ ਚਾਹ ਲਿਆਓ। ਤੁਹਾਨੂੰ ਬਈ ਥੋੜ੍ਹੀ ਜ਼ਹਿਰ ਪਾ ਕੇ ਅਗਰ ਦੇ ਦਈਏ, ਤਾਂ ਕਿ ਤੁਸੀਂ ਸ਼ਾਦੀ ਤੱਕ ਵੇਖੋ ਆਪਣੀ ਉਮਰ, ਵੇਖੋ ਇਹ ਪਤਾ ਕੀ ਹੈ, ਉਮਰ ਜੇ ਜਾਈਏ ਨਾ ਨਲਕਾ ਸਟਾਪ, ਉੱਥੇ ਭਾਜਨ ਕਬਰਾਂ ਬਣਦੀਆਂ ਜੇ, ਗੂੰਗਿਆਂ ਵੈਰਾਂ ਦੇ ਸਕੂਲ ਦੇ ਬਿਲਕੁਲ ਸਾਹਮਣੇ, ਬੜੀਆਂ ਪਿਆਰੀਆਂ ਪਿਆਰੀਆਂ ਕਬਰਾਂ ਪਈਆਂ ਜੇ, ਅੱਜ ਕੱਲ੍ਹ ਬਲੈਕ ਕਲਰ 'ਚ ਨਾ ਮੈਰੂਨ ਕਲਰ 'ਚ ਬੜੀ ਪਿਆਰੀ ਕਬਰ ਆ ਰਹੀ ਹੈ, ਉਹ ਚੈੱਕ ਕਰੋ, ਸ਼ਾਦੀ ਵਾਲੀ ਗੱਲ ਰਹਿਣ ਦਿਓ, ਤੁਹਾਡਾ ਇਹ ਕੰਮ ਨਹੀਂ ਬਜੇ। ਜ਼ਿੰਦਗੀ ਹੈ, ਸ਼ਾਦੀ ਕਰਾ ਕੇ ਰਹਿਣੀ, ਚਾਹੇ ਮੌਤ ਵੀ ਆ ਜਾਏ, ਇੱਕ ਸ਼ਾਦੀ ਨੂੰ ਟੱਚ ਕਰਨਾ, ਹੱਥ ਲਾ ਕੇ ਲਾਦਮੀ ਆਉਣਾ। ਅੱਛਾ ਅੱਛਾ, ਅੱਜ ਛੱਡ ਦੇ ਗੱਲਾਂ,
अच्छा खान भाई ये दसो अगर खुदा ना खासा थोड़ी शा वैसे मैनू नहीं यकीन कि तुम इस काम च कामयाब होवोगे क्योंकि मैं सुनया थानू थोड़े जे मरदाना मसले भी ने बकौल थोड़े मेरे को टेस्ट रिपोर्टा पईयां थोड़ियां कहो कि अगले प्रोग्राम में मैं अपने नादरीन नू विखा भी देंगा कमर सट लगी तुसीं गलत समझे हो जेरा माइंड सैट वह गल नहीं कमर सट लगी तो गिर गया सा वह तुसीं गलत सोचा तुहानू गलत गाइड किया गया ये गल ना करो नहीं मैं कमर च नहीं लगी मेरे को रिपोर्टा पे थोड़े को नफसियाती मसला से दिमागी भी मसला है थोड़ा शादी तुम साथी सुत भी शादी 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 की मामला गरीब बंदा भी ना करे लोग लुट के खा गए मुल्क का बेड़ा गर्क कर गए तबाह कर गए ठीक है मैं भी ना करा अपनी हसतरा भी ना पूरी करा वाह भाई वाह मुल्क कितने खा गए दुनिया सारी 70 साल तो खाते आने कुमरान ठीक है जी असी छोटी ख्वाहिश करने जायज हो गया की गल है बाबा जी वाह भाई वाह मुल्क सत्यानाश करके लोग खा गए इस मुल्क की बनाया इस मुल्क की बनाया इन्होंने अज तक अभी पानी रोटी बिजली गैस में तरस गए अभी तो अस दुनिया चंद तक पहुँच गई थले वरदे जा थले वरदे जा थले वरदे जा खान भाई जज्बाती हो गए ने इन्हें जज्बात थोड़े जे वाकई जज्बाती हो गए करिए हूँ इस उम्र जज्बात भी छड़ दी पिछे रह गई सा जज्बात ही है ना होर तो कुछ है ही नहीं बाबा जी।